ਜੋ ਬੋਲੇ ਸੋ ਨਿਰਪੈ ਸ਼੍ਰੀ ਵਾਲਮੀਕ ਮਹਾਰਾਜ ਦੀ ਜੈ। ਕਰੁਣਾ ਸਾਗਰ ਮਹਾਰਿਸ਼ੀ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਪੂਰੇ ਭਾਰਤ ਵਰਸ਼ ਵਿੱਚ ਵਿਸ਼ਾਲ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਸਾਹਨੇਵਾਲ ਸ਼ਹਿਰ ਦੀਆਂ ਸੰਗਤਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਪ੍ਰੀਤਮ ਗਿੱਲ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਲਈ ਫਲ ਫਰੂਟ ਅਤੇ ਜਲ ਦੇ ਪ੍ਰਬੰਧ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਅੱਜ ਸ਼ੋਭਾ ਯਾਤਰਾ ਆ ਰਹੀ ਹੈ, ਇਸ ਦੇ ਬਾਰੇ ਸਾਰੇ ਆਪਣੇ ਸਮਾਜ ਨੂੰ ਚਾਨਣਾ ਪਾਓ। ਦੱਸੋ ਕਿ ਸ਼ੋਭਾ ਯਾਤਰਾ ਕਿੱਥੋਂ ਚੱਲੀ ਅਤੇ ਕਿਸ ਮੰਤਵ ਨਾਲ ਚੱਲੀ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅੱਜ ਪਰਮੇਸ਼ਰ ਦਾ ਪਰਮਾਤਮਾ ਭਗਵਾਨ ਵਾਲਮੀਕ ਜੀ ਦਾ ਪਾਵਨ ਜੋ ਪ੍ਰਗਟ ਦਿਵਸ ਹੈ ਉਹ 13 ਤਰੀਕ ਨੂੰ ਬੜੀ ਧੂਮਧਾਮ ਦੇ ਨਾਲ ਦੁਨੀਆ ਦੇ ਕੋਨੇ ਕੋਨੇ ਵਿੱਚ ਮਨਾਇਆ ਜਾ ਰਿਹਾ। ਅੱਜ ਉਸੇ ਸੰਬੰਧ ਦੇ ਵਿੱਚ ਸਾਹਨੇਵਾਲ ਦੇ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਹੜੀ ਕਿ ਆਪਣੇ ਭਗਵਾਨ ਵਾਲਮੀਕ ਮੰਦਿਰ ਦੇ ਵਿੱਚੋਂ ਚੱਲੀ ਹੈ। ਉੱਥੋਂ ਚੱਲ ਕੇ ਕਲੋਨੀਆਂ ਦੇ ਵਿੱਚੋਂ ਹੁੰਦੀ ਹੋਈ, ਬਾਜ਼ਾਰ ਦੇ ਵਿੱਚੋਂ ਹੁੰਦੀ ਹੋਈ, ਵਾੜਾਂ ਦੇ ਵਿੱਚ, ਸਾਰੇ ਵਾੜਾਂ ਦੇ ਵਿੱਚ ਘੁੰਮਦੀ ਹੋਈ, ਆਪਣੇ ਮਹੱਲਿਆਂ ਵਿੱਚ ਆਉਂਦੀ ਹੋਈ ਅੱਜ ਅਸੀਂ ਇੱਥੇ ਪਹੁੰਚੇ ਹਾਂ। ਇੱਥੋਂ ਗਿੱਲ ਪਰਿਵਾਰ ਦੇ ਵਿੱਚ ਪਹੁੰਚੇ ਹਾਂ, ਇਹਨਾਂ ਨੇ ਵੀ ਬਹੁਤ ਸਵਾਗਤ ਕੀਤਾ ਸ਼ੋਭਾ ਯਾਤਰਾ ਦਾ। ਇਸ ਤੋਂ ਬਾਅਦ ਹੁਣ ਅਸੀਂ ਸ਼ੋਭਾ ਯਾਤਰਾ ਆਪਣੀ ਡੇਲੋ ਰੋਡ ਵੱਲ ਲੈ ਕੇ ਜਾਵਾਂਗੇ, ਉਸ ਤੋਂ ਸ਼ਾਮ ਨੂੰ ਫਿਰ ਸਮਾਪਤੀ ਵਾਲਮੀਕੀ ਮੰਦਿਰ ਦੇ ਵਿੱਚ ਸਮਾਪਤੀ ਹੋਵੇਗੀ। ਔਰ 13 ਤਰੀਕ ਨੂੰ ਜੋ ਪ੍ਰਗਟ ਦਿਵਸ ਹੈ ਉਸ ਦਿਨ ਰਮਾਇਣ ਦੇ ਪਾਠ ਜੋ ਰਖਾਏ ਹੋਏ ਨੇ ਉਹਦਾ ਭੋਗ ਪਾਇਆ ਜਾਊਗਾ। ਭੋਗ ਪਾਏ ਜਾਣ ਤੋਂ ਬਾਅਦ ਉੱਥੇ ਲੰਗਰ ਅਤੁੱਟ ਵਰਤੇਗਾ ਔਰ ਸ਼ਾਮ ਨੂੰ ਭਜਨ ਮੰਡਲੀ ਜੋ ਪਰਮਾਤਮਾ ਦਾ ਗੁਣਗਾਨ ਕਰੇਗੀ ਉਹ ਉੱਥੇ ਪਹੁੰਚਣਗੇ ਸਾਰਿਆਂ ਨੂੰ। ਔਰ ਮੇਰੀ ਸਾਰੇ ਹੀ ਦੁਨੀਆਂ ਦੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਦੇ ਪਾਵਨ ਪ੍ਰਗਟ ਦਿਵਸ ਲਈ ਲੱਖ ਲੱਖ ਮੁਬਾਰਕ ਹੈ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਪ੍ਰਗਟ ਦਿਨ ਈਸ਼ਵਰ ਦਾ ਕੁਲ ਆਲਮ ਨੱਚਦਾ।
जय वाल्मीकि 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 जय वाल्मीकि।